ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਪਿਆਰਾ ਸ਼ਬਦ ਕਰਨ ਜਾ ਰਹੇ ਹਾਂ। ਆਪ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਕੁਝ ਦਿਨਾਂ ਵਿੱਚ ਬੰਦੀ ਛੁੱਟ ਦਿਵਸ ਆ ਰਿਹਾ ਹੈ। ਅਸੀਂ ਉਸ ਸੰਬੰਧ ਵਿੱਚ ਕੁਝ ਸ਼ਬਦ ਕਰਾਂਗੇ। ਅੱਜ ਜੋ ਅਸੀਂ ਸ਼ਬਦ ਕਰਨ ਜਾ ਰਹੇ ਹਾਂ, ਸ਼ਬਦ ਦੀ ਸਥਾਈ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਇਹ ਸ਼ਬਦ ਦੀ ਸਥਾਈ ਹੈ ਜੀ, ਬਹੁਤ ਹੀ ਪਿਆਰਾ ਸ਼ਬਦ ਹੈ। ਕੈਰਵਾ ਤਾਲ ਵਿੱਚ ਇਹ ਸ਼ਬਦ ਹੈ। ਫੀਮੇਲ ਸਕੇਲ 'ਤੇ ਇਹ ਸ਼ਬਦ ਮੈਂ ਕਰਾਇਆ ਹੋਇਆ ਹੈ। ਅੱਜ ਅਸੀਂ ਇਸਨੂੰ ਮੇਲ ਸਕੇਲ ਦੇ ਤੀਜੇ ਕਾਲੇ ਤੋਂ ਇਹ ਸ਼ਬਦ ਕਰਾਂਗੇ। ਕੋਡ ਹੋਏਗਾ ਮਾਂ ਧਾ ਕੋਮਲ ਸਾਂ। ਕੈਰਵਾ ਤਾਲ ਵਿੱਚ ਇਹ ਸ਼ਬਦ ਹੈ। ਆਓ ਪਹਿਲਾਂ ਪੂਰਾ ਸ਼ਬਦ ਸੁਣਦੇ ਹਾਂ, ਫਿਰ ਆਪਾਂ ਇਸ ਸ਼ਬਦ ਥੋੜ੍ਹਾ ਸਲੋ ਬਾਰੇ ਸਿੱਖਦੇ ਹਾਂ ਜੀ। ਧਿਆਨ ਨਾਲ ਸੁਣੋ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਪਾਲੀਅਨ, ਤਾਰੇ ਜਾਤ ਸਨਾਤ ਅੰਬਰ ਪਾਲੀਅਨ, ਅੰਬਰ ਪਾਲੀਅਨ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਨੈਣ ਨਿਹਾਲੀਅਨ, ਨਿਹਾਲੀਅਨ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਹਰ ਚੰਦੋਰੀ ਚਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ, ਸ਼ਬਦ ਸਮਾਲੀਅਨ, ਸ਼ਬਦ ਸਮਾਲੀਅਨ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਪਾਲੀਅਨ, ਤਾਰੇ ਜਾਤ ਸਨਾਤ ਅੰਬਰ ਪਾਲੀਅਨ, ਅੰਬਰ ਪਾਲੀਅਨ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਸੋ ਇਸ ਤਰ੍ਹਾਂ ਇਹ ਸ਼ਬਦ ਆਉਣਾ ਹੈ ਜੀ। ਆਓ ਆਪਾਂ ਹੁਣ ਇਸ ਸ਼ਬਦ ਥੋੜ੍ਹਾ ਸਲੋ ਕਰਕੇ ਸਿੱਖਦੇ ਹਾਂ। ਧਿਆਨ ਨਾਲ ਦੇਖੋ ਜੀ, ਸਕੇਲ ਹੈ ਤੀਜਾ ਕਾਲਾ, ਕੋਡ ਹੈ ਮਾਂ ਧਾ ਕੋਮਲ ਤੇ ਸਾਂ। ਕਹਿਰਵਾ ਤਾਲ ਵਿੱਚ ਇਹ ਸ਼ਬਦ ਹੈ। ਸਥਾਈ ਕਰਨ ਜਾ ਰਿਹਾ ਹਾਂ। ਦੀਵਾਲੀ ਦੀ ਰਾਤ
धा कोमल है, गा कोमल है, नी कोमल। ओके, मा पा ध पा मा पा पा मा गा, दीवाली दी रात, दीवे बालियन। मा पा ध पा पा मा 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 मा, फिर देखो जी, दीवाली दी रात, सरगम, मा पा ध पा मा पा पा मा गा, अगे, मा पा ध पा पा मा 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 मा, इतने आना है, दीवे बालियन। अगे देखो, तारे जात स्नात, सा सा धा धा नी 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 नी, तारे जात स्नात, अंबर पालियन, तारे जात स्नात, अंबर पालियन। नी नी ध प म प प ध नि सा, तारे जात स्नात, अंबर पालियन। दूजी बार च, अंबर पालियन, अंबर पालियन। मा प ध प प मा 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 मा, अंबर पालियन। नाल ही दीवाली दी रात, दीवे बालियन। सो ये शब्द स्थाई है जी, अंदर देखो, अंदर बहुत ही आसान है। फुल्लां दी बागात, मा 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 पा मा गा 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 गा, मां सुर तीन बार है। फुल्लां दी बागात, गा को मुझे चार बार है। अगे, चुन चुन चालियन, धा धा पा पा मा 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 मा, फुल्लां दी बागात, चुन चुन चालियन। नाले तीरथ जाती जात, सा सा धा धा नी 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 नी, तीरथ जाती जात, नैन निहालियन। ऊपर नहीं जाना पड़ा, ठीक है। नी नी धानी सा नी धा धानी सा, नैन निहालियन, तीरथ जाती जात, नैन निहालियन। नाल ही नैन निहालियन, यह पाठ दो बार आएगा। सरगम है, पा पा गा गा मा 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 मा, पा पा गा गा मा 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 मा, ऐसे बोलना है। नैन निहालियन, नैन निहालियन। नाल ही दीवाली दीरा, दीवे बालियन।
ਸੋ ਇਸ ਤਰ੍ਹਾਂ ਇਹ ਸ਼ਬਦ ਹੋਣਾ ਜਿੱਥੇ ਮੇਕ ਅੰਦਰ ਕੀਤਾ ਹੈ, ਬਾਕੀ ਦੇ ਅੰਦਰ ਉੱਥੇ ਹੋਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।